ਅਸਲੀ ਦੋਸ਼ੀ ਤਾਂ ਉਹ ਹੈ। ਭਾਰਤ ਰਤਨ ਦਾ ਜਿਹੜਾ ਅਵਾਰਡ ਦਿੱਤਾ ਗਿਆ ਉਹ ਵਿਡਰਾਅ ਕੀਤਾ ਜਾਏ। 1984 ਸਿੱਖ ਕਤਲੇਆਮ ਦੇ ਦੋਸ਼ੀ ਤਾਂ ਭਾਵੇਂ ਅੱਜ ਜੇਲ੍ਹਾਂ ਵਿੱਚ ਬੰਦ ਨੇ, ਪਰ ਫਿਰ ਵੀ ਜਿਨ੍ਹਾਂ ਲੋਕਾਂ ਨੇ ਇਸ ਘੱਲੂਘਾਰੇ ਦਾ ਸੰਤਾਪ ਭੋਗਿਆ ਹੈ, ਉਹਨਾਂ ਦੇ ਦਿਲਾਂ ਵਿੱਚ ਅੱਜ ਵੀ ਇਸ ਦਰਦ ਦੇ ਜ਼ਖਮ ਅੱਲੇ ਨੇ। ਇਹ ਕਹਿਣਾ ਹੈ 1984 ਸਿੱਖ ਕਤਲੇਆਮ ਦੇ ਕੇਸ ਦੀ ਪੈਰਵੀ ਕਰ ਰਹੀ ਬੀਬੀ ਜਗਦੀਸ਼ ਕੌਰ ਦਾ। ਦੱਸ ਦਈਏ ਕਿ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿਖੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਬੇਬਾਕੀ ਨਾਲ ਬੋਲਣ ਤੇ ਸਜ਼ਾ ਦਿਵਾਉਣ ਵਾਲੀ ਬੀਬੀ ਜਗਦੀਸ਼ ਕੌਰ ਤੇ ਵਕੀਲਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ 1984 ਸਿੱਖ ਕਤਲੇਆਮ ਹੋਇਆ ਹੀ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੁਕਮਾਂ ਨਾਲ ਸੀ। ਐਫਆਈਆਰ ਰਾਜੀਵ ਗਾਂਧੀ ਤੇ ਨਾ ਨਹੀਂ ਹੁੰਦੀ, ਅਸਲੀ ਦੋਸ਼ੀ ਤਾਂ ਉਹ ਹੈ ਜਿਹਨੇ ਹੁਕਮ ਦਿੱਤੇ ਆ, ਅਸਲੀ ਦੋਸ਼ੀ ਉਹ ਹੈ। ਸੋ ਜਦੋਂ ਤੱਕ ਹੁੰਦੀ ਨਹੀਂ ਲੜਾਈ ਲੜੀ ਜਾਂਦੀ ਰਹੂ। ਨਾਲ ਹੀ ਉਹਨਾਂ ਭਾਰਤ ਸਰਕਾਰ ਤੋਂ ਰਾਜੀਵ ਗਾਂਧੀ ਨੂੰ ਦਿੱਤਾ ਹੋਇਆ ਭਾਰਤ ਰਤਨ ਪੁਰਸਕਾਰ ਵਾਪਸ ਲੈਣ ਤੇ ਜਿੱਥੇ ਜਿੱਥੇ ਵੀ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਦਾ ਨਾਂ ਲਿਖਿਆ ਹੋਇਆ ਹੈ ਉਹ ਸਭ ਹਟਾਉਣ ਦੀ ਮੰਗ ਕੀਤੀ। ਭਾਰਤ ਰਤਨ ਦਾ ਜਿਹੜਾ ਅਵਾਰਡ ਦਿੱਤਾ ਗਿਆ ਉਹ ਵਿਡਰਾਅ ਕੀਤਾ ਜਾਏ ਤੇ ਜਿੰਨੇ ਵੀ ਏਅਰਪੋਰਟ ਹੈ, ਜਿੰਨੇ ਵੀ ਸੰਸਥਾ ਰਾਜੀਵ ਗਾਂਧੀ ਜਾਂ ਇੰਦਰਾ ਗਾਂਧੀ ਦੇ ਨਾਂ ਤੇ ਹੈ, ਉਹ ਸਾਰਿਆਂ ਤੋਂ ਇਹਨਾਂ ਨਾਮ ਵਿਡਰਾਅ ਹੋਣਾ ਚਾਹੀਦਾ। ਰਾਤ ਨੂੰ ਉਹਨੇ ਸਹੁੰ ਚੁੱਕੀ, ਪ੍ਰਧਾਨ ਮੰਤਰੀ ਬਣਿਆ ਤੇ 9 ਵਜੇ ਮੇਰੇ ਤੇ ਪਾਸੇ ਸਭ ਤੋਂ ਪਹਿਲਾਂ ਆਰਮੀ ਮਾਰਦੀ ਸੁਣੀ ਆ ਮੈਂ 9 ਵਜੇ ਤੇ ਤੁਸੀਂ ਉਹਨੂੰ ਜਿਹੜਾ ਰਤਨ ਭਾਰਤ ਰਤਨ ਦਿੱਤਾ ਹੈ ਤੇ ਮੈਨੂੰ ਤਾਂ ਸੁਣ ਕੇ ਬੜਾ ਅਫਸੋਸ ਆਇਆ ਹੈ ਕਿ ਉਹਨੇ ਕਿਹੜਾ ਬਹੁਤ ਵਧੀਆ ਕੰਮ ਕੀਤਾ ਸੀ ਵੀ ਜਿਹੜਾ ਉਹਨੂੰ ਭਾਰਤ ਰਤਨ ਦਿੱਤਾ। ਉਹਨੇ ਆਪਣੇ ਦੇਸ਼ ਦੀ ਪ੍ਰਧਾਨ ਮੰਤਰੀ ਬਣਿਆ ਤੇ ਹਿੰਦੁਸਤਾਨ ਦੇ ਵਾਸੀ ਮਰਵਾ ਦਿੱਤੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।